ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਸੈਕੜੇ ਵਰਕਰਾਂ ਦੀ ਮੌਜੂਦਗੀ ਵਿੱਚ ਪੁਲਿਸ ਸਟੇਸ਼ਨ ਥਾਣਾ ਚੰਡਿਆਲਾ ਗੁਰੂ ਦੇ ਬਾਹਰ ਧਰਨਾ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਸਾਧਪੁਰ ਥਾਣਾ ਚੰਡਿਆਲਾ ਗੁਰੂ ਦੇ ਇੱਕ ਅੰਮ੍ਰਿਤਧਾਰੀ ਅਕਾਲੀ ਵਰਕਰ ਨਾਲ ਕੁਝ ਕਾਂਗਰਸੀ ਆਗੂਆਂ ਵੱਲੋਂ ਬਦਸਲੂਕੀ ਕੀਤੀ ਗਈ ਹੈ ਅਤੇ ਉਸਦੀ ਪਗੜੀ ਲਾ ਦਿੱਤੀ ਗਈ ਹੈ, ਜਿਸ ਦੇ ਸੰਬੰਧ ਵਿੱਚ ਬਿਕਰਮਜੀਤ ਮਜੀਠੀਆ ਦੁਆਰਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਤੇ ਐਸਪੀ ਹੈੱਡਕੁਆਰਟਰ ਜਗਪ੍ਰੀਤ ਸਿੰਘ ਦੇਹਾਂਤੀ ਅੰਮ੍ਰਿਤਸਰ, ਡੀਐਸਪੀ ਚੰਡਿਆਲਾ ਗੁਰਮੀਤ ਸਿੰਘ ਚੀਮਾ ਤੋਂ ਇਲਾਵਾ ਭਾਰੀ ਪੁਲਿਸ ਫੋਰਸ ਮੌਜੂਦ ਸੀ। ਫਿਰ ਇੱਥੋਂ ਉੱਠ ਕੇ ਬਾਹਰ ਧਰਨੇ ਤੇ ਬੈਠਣ ਲੱਗੇ ਆ, ਕਿਉਂਕਿ ਪੁਲਿਸ ਦਾ ਜਿਹੜਾ ਰਵੱਈਆ ਉਹ ਮੈਂ ਕਹਿ ਸਕਦਾ ਕਿ ਅਸੀਂ 3-4 ਘੰਟੇ ਹੋ ਗਏ ਆ ਤੇ ਹਲੇ ਤੱਕ ਪਹਿਲਾਂ ਇਹਨਾਂ ਨੇ ਕਿਹਾ ਸੀ ਇਨਕੁਆਇਰੀ ਕਰਨੀ ਸੀ ਕਿ ਕਰ ਲਓ ਇਹਨਾਂ ਦਾ SHO ਗਿਆ ਪਿੰਡ। ਇਨਕੁਆਇਰੀ ਕਰਨ ਤੋਂ ਬਾਅਦ ਵੀ ਹੁਣ ਫਿਰ ਉਹ ਟਾਲ ਮਟੋਲ ਵਾਲੀ ਸਥਿਤੀ ਜਾਪ ਰਹੀ ਹੈ ਤੇ ਜੇ ਇਹੀ ਸਥਿਤੀ ਰਹੀ ਤਾਂ ਫਿਰ ਅਸੀਂ ਤਾਂ ਮਜਬੂਰ ਹਾਂ, ਕਿਉਂਕਿ ਫੰਡਾਮੈਂਟਲ ਰਾਈਟ ਨੇ ਸਾਡੇ ਵੋਟਾਂ ਮੰਗਣੀਆਂ, ਵੋਟਾਂ ਲਈ ਖਲੋਣਾ। ਅਸੀਂ ਲੋਕਤੰਤਰ ਦਾ ਘਾਲ ਇੱਥੇ ਇੰਦਰਾ ਗਾਂਧੀ ਦੀ ਐਮਰਜੈਂਸੀ ਨਹੀਂ ਲੱਗਣ ਦੇਵਾਂਗੇ, ਉਹਦੇ ਖਿਲਾਫ ਲੜਾਈ ਲੜਾਂਗੇ ਤੇ ਗੁਰਸਿੱਖਾਂ ਦੀ ਇੱਜ਼ਤ ਰਵੇ, ਕਿਸੇ ਦਲਿਤ ਵੀਰ ਦੀ ਇੱਜ਼ਤ ਰਵੇ, ਉਹਦੇ ਵਾਸਤੇ ਵੀ ਤਕੜੇ ਹੋ ਕੇ ਉਹ ਲੜਾਈ ਲੜਨ ਲਈ ਬੈਠੇ। ਕਾਰਨ ਕੀ ਨਜ਼ਰ ਆ ਰਹੇ? ਬਕਲਾਹਟ ਕਾਂਗਰਸ ਦੀ, ਢਾਈ ਦੇ ਦੋ ਸਾਲ ਪੌਣੇ ਦੋ ਸਾਲ ਹੋ ਗਏ ਕੀਤਾ ਕੋਈ ਕੰਮ ਹੈ ਨਹੀਂ। ਮੈਂ ਝੂਠ ਦੇ ਪ੍ਰਚਾਰ ਨਾਲ ਹੀ ਸਮਝਦੇ ਇਲੈਕਸ਼ਨ ਜਿੱਤਣੀ, ਪਹਿਲਾਂ ਇਹਨਾਂ ਦੇ ਕਾਗਜ਼ ਉਡਾਉਣ 'ਤੇ ਜ਼ੋਰ ਲੱਗਿਆ ਰਿਹਾ। ਮੈਂ ਉਹਨਾਂ ਅਫਸਰਾਂ ਦਾ ਧੰਨਵਾਦ ਕਰਦਾ, ਮੈਂ ਸਪਸ਼ਟ ਇੱਕ ਅਫਸਰ ਨੂੰ ਇਹੀ ਗੱਲ ਕਹੀ ਜਿਹੜੇ ਜਿੰਨੇ ਵੀ ਆਰ ਓ ਸੀ, ਮੈਂ ਕਿਹਾ ਸਾਡੇ ਕਾਗਜ਼ 'ਚ ਤੁਸੀਂ ਬਿਲਕੁਲ ਜਾਇਜ਼ ਭਰੇ ਗਏ ਆ, ਜੇ ਧੱਕੇ ਨਾਲ ਉਡਾਉਣ ਦਾ ਕੰਮ ਚੁੱਕ ਲਫ਼ਜ਼ ਵਰਤੇ ਸਾਡਾ ਉਹ SC ਵੀਰ ਹੈ ਜਿਹਦੇ ਖਿਲਾਫ਼। ਫਿਰ ਇਕੱਲੇ ਉਹ ਨਹੀਂ, ਉਹ ਮੇਰੇ ਕਜ਼ਨ ਦੀ ਗੱਡੀ 'ਚ ਬਹਿ ਗਿਆ ਸੀ, ਉਹਨੂੰ ਗੱਡੀ 'ਚੋਂ ਲਾ ਕੇ ਉਹਨੂੰ ਕੁੱਟਣਾ ਸ਼ੁਰੂ ਕੀਤਾ ਕਿ ਕਿਸੇ ਦੀ ਹਿੰਮਤ ਨਹੀਂ ਪਈ ਸੀ ਸਾਡੇ ਖਿਲਾਫ਼ ਕਾਗਜ਼ ਭਰਨ ਦੀ, ਤੂੰ ਕਾਗਜ਼ ਕਿਵੇਂ ਭਰਤੇ। ਫਿਰ ਸੰਦੀਪ ਜਿਹੜਾ ਸਾਡਾ ਗੁਰਸਿੱਖ ਵੀਰ ਸੀ, ਇਹ ਕਾਂਗਰਸੀਆਂ ਦਾ ਅਸਲੀ ਚਿਹਰਾ ਫਿਰ ਨੰਗਾ ਹੁੰਦਾ ਜਾਂਦਾ, ਉਸ ਗੁਰਸਿੱਖ ਵੀਰ ਨੂੰ ਉਹਦੇ ਪੱਗ ਲਾਈ, ਉਹਦੀ ਦਾੜੀ ਨਾਲ ਉਹਦੇ ਕੇਸਾਂ ਦੀ ਬੇਅਦਬੀ ਕੀਤੀ ਤੇ ਸਾਰਾ ਕੁਝ ਹੋਣ ਤੋਂ ਬਾਅਦ ਇਹ ਗੱਲ ਇਹਨਾਂ ਨੂੰ ਧਮਕਾ ਕੇ ਗਈ ਕਿ ਤੁਸੀਂ ਇਲੈਕਸ਼ਨ ਨਾ ਲੜੋ, ਇੱਥੋਂ ਭੱਜੋ। ਮੈਂ ਇਹਨਾਂ ਕਾਂਗਰਸੀ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਐਡੇ ਕਮਜ਼ੋਰ ਨਹੀਂ, ਕੋਈ ਇੱਥੋਂ ਨਹੀਂ ਭੱਜੂ। ਵੋਟਾਂ 'ਚ ਤੁਹਾਨੂੰ ਮਜੀਠੇ ਦੇ ਲੋਕਾਂ ਨੇ ਪਹਿਲਾਂ ਵੀ ਭਜਾਇਆ ਤੇ ਇਹਨਾਂ ਗੁਰਦੂਤਾਂ ਕਰਕੇ ਮਜੀਠੇ ਦੇ ਲੋਕ ਤੁਹਾਨੂੰ ਫੇਰ ਭਜਾਉਣੇ। ਅੱਜ 5-6 ਇਲੈਕਸ਼ਨ ਹੋ ਗਈ ਹੈ ਤੇ ਮਜੀਠੇ ਦੀ ਸੰਗਤ ਨੇ ਹਮੇਸ਼ਾ ਹੀ ਆਪਦਾ ਮਿਹਰ ਭਰੇ ਆਤਮਿਰਤੀ ਰੱਖਿਆ। ਅਸੀਂ ਚਾਹੁੰਦੇ ਹਾਂ ਕਿ ਸ਼ਾਂਤਮਈ ਢੰਗ ਨਾਲ ਇਲੈਕਸ਼ਨ ਹੋਵੇ, ਮਗਰ ਕਾਂਗਰਸ ਦੀ ਕਿਉਂਕਿ ਕੰਮ ਕੋਈ ਨਹੀਂ ਕੀਤਾ, ਗੁੰਡਾਗਰਦੀ ਬਕਲਾਹਟ ਵੇਖੋ ਕਿ ਇੱਕ ਗਰੀਬ ਬੰਦੇ ਨੂੰ, ਦਲਿਤ ਵੀਰ ਨੂੰ, ਉਹਦੀ ਮਾਤਾ ਜੀ ਦੀ ਇਲੈਕਸ਼ਨ ਲੜ ਰਹੀ ਹੈ, ਉਹਨੂੰ ਇਕੱਲਾ ਇਸ ਲਈ ਡਰਾਇਆ ਧਮਕਾਇਆ ਜਾ ਰਿਹਾ ਦਿਹਾੜੀ ਕਰਨ ਵਾਲੇ ਬੰਦੇ ਨੂੰ ਕਿ ਉਹ ਵੋਟਾਂ ਨਾ ਮੰਗੇ। ਫਿਰ ਇੱਕ ਗੁਰਸਿੱਖ ਨੂੰ ਉਹਦੇ ਨਾਲ ਕੈਂਡੀਡੇਟ ਹੈ, ਸ਼ਡਿਊਲ ਕਾਸਟ ਵੀਰ ਹੈ ਅਮਰੀਕ ਸਿੰਘ, ਉਹਨਾਂ ਦੇ ਮਦਰ ਮਾਤਾ ਜੀ ਸਾਡੇ ਉਹ ਮੈਂਬਰ ਪੰਚਾਇਤ ਹੈ, ਉਹਦੇ ਮਾਤਾ ਜੀ ਸਾਡੇ ਕੈਂਡੀਡੇਟ ਨੇ। ਉਹ ਵੋਟਾਂ ਮੰਗਦੇ ਫਿਰਦੇ ਸੀ, ਮੇਰੇ ਕਜ਼ਨ ਨਾਲ ਸਾਧਪੁਰ ਪਿੰਡ ਗਏ ਸਨ ਤੇ ਉੱਥੇ ਇਹ ਕਾਂਗਰਸ ਦਾ ਜਿਹੜਾ ਉਮੀਦਵਾਰ ਸੀ ਉਹ ਜਸਮਿੱਤਰ, ਉਹਦੇ ਨਾਲ ਜਿਹੜਾ ਕਾਂਗਰਸ ਦਾ ਮੇਰੇ ਖਿਲਾਫ਼ ਇਲੈਕਸ਼ਨ ਬੁਰੀ ਤਰ੍ਹਾਂ ਮਜੀਠੇ ਦੇ ਲੋਕਾਂ ਨੇ ਉਹਨੂੰ ਹਰਾਇਆ, ਉਹ ਸੁਖਜਿੰਦਰ ਰਾਜ ਸਿੰਘ ਲਾਲੀ, ਉਹਦਾ ਜਿਹੜਾ ਭਤੀਜਾ ਆਕਾਸ਼ ਜਿਹੜਾ ਜਿਹੜਾ ਲਾਲੀ ਹੈ ਉਹਦੇ ਭਤੀਜੇ ਆਕਾਸ਼ ਨੇ, ਅਮੋਹਨ ਸਿੰਘ ਜਿਹੜਾ ਇੱਕ ਮੈਂ ਤੁਹਾਨੂੰ ਪਹਿਲਾਂ ਦੱਸਿਆ PO ਆਕਾਸ਼ ਤੇ ਨਾਲ ਹੀ ਮੋਹਨ ਸਿੰਘ ਨਿਬਰਵਿੰਡ ਜਿਹਨੂੰ 3 ਸਾਲ ਹੋਣੇ ਸਜ਼ਾ ਹੋਈ ਆ ਕੋਈ ਇਹੋ ਜਿਹੇ ਪੁਲਿਸ ਦੇ ਕੰਮ 'ਚ, ਤੇ ਨਾਲ ਹੀ ਇਹ ਹੋਰ ਉੱਥੋਂ ਦੇ ਆ ਸਾਰੇ ਕੈਂਡੀਡੇਟ, ਜਿੱਥੇ ਮੈਂ ਇਹਨਾਂ ਨੂੰ ਵਾਰਨਿੰਗ ਵੀ ਦਿੰਦਾ ਕਿ ਇਹ ਜੀ ਗੱਲ ਲੋਕਤੰਤਰ ਦਾ ਕੋਈ ਘਾਣ ਕਰੂਗਾ ਅਸੀਂ ਡਟ ਕੇ ਉਹਦਾ ਮੁਕਾਬਲਾ ਕਰਾਂਗੇ। ਕੱਲ੍ਹ ਵੀ ਕਰਕੇ ਆਏ ਹਾਂ, ਫਰੀਦਕੋਟ ਹਾਈਕੋਰਟ ਤੱਕ ਗਏ ਹਾਂ, ਅੱਜ ਵੀ ਦਿੰਦੇ ਹਾਂ ਕਿ ਮੈਂ ਪ੍ਰਸ਼ਾਸਨ ਕੋਲ ਆਇਆ ਕਿਉਂਕਿ ਪ੍ਰਸ਼ਾਸਨ ਦਬਾਅ ਥੱਲੇ ਸਾਰੀ ਗੱਲ ਅੰਦਰ ਖਾਤੇ ਪੁਲਿਸ ਮੰਨੀ ਜਾਂਦੀ ਕਿ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ ਉਹੀ ਹੋਇਆ, ਮਗਰ ਇਸ ਤਰੀਕੇ ਦਾ ਦਬਾਅ ਬਣਾਇਆ ਜਾ ਰਿਹਾ ਕਿਉਂਕਿ ਉਹ ਉਹਨਾਂ ਦਾ ਕੈਂਡੀਡੇਟ ਵਿੱਚ ਇੱਕ ਉਹਨਾਂ ਦੇ ਜਿਹੜਾ ਮੇਰੇ ਤੋਂ ਇਲੈਕਸ਼ਨ ਹਾਰਿਆ 3-4 ਵਾਰੀ ਇੱਕ ਉਹਦਾ ਭਤੀਜਾ, ਕਿ ਉਹਨਾਂ ਦੇ ਕਾਰਵਾਈ ਨਹੀਂ ਹੋਣੀ ਚਾਹੀਦੀ, ਉਹਦੇ ਲਈ ਸਾਰਾ ਕੁਝ ਰੱਖਿਆ ਜਾ। ਜੇ ਪਰਚਾ ਪਹਿਲਾਂ ਤਾਂ ਜੀ ਬੇਦੋ ਅਮਰੀਕ ਨੂੰ ਤੇਰੀ ਗੱਡੀ 'ਚੋਂ ਕੱਢਿਆ।
ਇਹਨੂੰ ਤਾਂ ਵਿਚਾਰੇ ਨੂੰ ਬੈਠਣ ਹੀ ਨਹੀਂ ਦਿੱਤਾ, ਇਹਨੂੰ ਤਾਂ ਪਹਿਲਾਂ ਹੀ ਗੱਲ ਪੈ ਗਈ। ਇਹ ਕਿਸੇ ਦੇ ਘਰ ਬੈਠੇ ਸੀ, ਉਹਦੇ ਨਾਲ ਉਹ ਅਧਰੰਗ ਹੋਇਆ ਸੀ, ਜਿਹਨਾਂ ਦਾ ਪਤਾ ਲੈਣ ਗਈ ਸੀ, ਅਤੇ ਬਾਹਰ ਆ ਕੇ ਕਹਿੰਦੇ ਤੁਹਾਨੂੰ ਵੋਟਾਂ 'ਤੇ ਇਹਨੂੰ ਕਹਿ ਵੋਟਾਂ ਮੰਗਣ, ਤੁਹਾਨੂੰ ਵੋਟਾਂ ਮੰਗਣ ਦਾ ਅਧਿਕਾਰ ਹੀ ਹੋਇਆ। ਦੱਸੋ ਉਹ ਕਮਾਲ ਕਿਡਨੈਪਿੰਗ, ਦਲਿਤ ਦਾ ਅਪਮਾਨ, ਜਾਤੀ ਸੂਚਕ ਲਫਜ਼ ਵਰਤਣੇ, ਅਤੇ ਇੱਕ ਗੁਰਸਿੱਖ ਦੀ ਇਸ ਤਰ੍ਹਾਂ ਬੇਇੱਜ਼ਤੀ ਕਰਨੀ, ਬੇਅਦਬੀ ਕਰਨੀ, ਉਹ ਸਾਰੀਆਂ ਗੱਲਾਂ ਲੈ ਕੇ ਆਇਆ। ਮਗਰ ਮੈਨੂੰ ਜੋ ਸਮਝ ਆ ਰਹੀ ਹੈ, ਐਚ ਐਚ ਓ ਨੇ ਆਪਦੀ ਇਨਕੁਆਇਰੀ ਕਰਿਆ, ਇਹ ਵਾਕਿਆ ਸੀ ਕਿੰਨੇ ਵਜੇ ਦਾ ਐਗਜੈਕਟਲੀ? 2 ਵਜੇ ਦਾ। ਹੁਣ ਅਸੀਂ 8:30 ਵੱਜ ਗਏ ਹਾਂ, ਹੁਣ ਫਿਰ ਉੱਥੋਂ ਦਬਾਅ ਪਾਇਆ ਜਾ ਰਿਹਾ ਕਿ ਐਸ ਪੀ ਟਾਲ ਮਟੋਲ ਨੀਤੀ ਤਹਿਤ ਕਹਿੰਦੇ ਜੀ ਪਿੰਡ ਜਾਓ ਅਤੇ ਇਨਕੁਆਇਰੀ ਕਰਕੇ ਆਓ। ਜਦਕਿ ਮੈਨੂੰ ਪਤਾ ਅਫਸਰਾਂ ਨੇ ਦਬੀ ਜਵਾਨ ਨਾਲ ਮੈਨੂੰ ਇੱਥੇ ਕਈਆਂ ਨੇ ਕਹਿ ਦਿੱਤਾ ਕਿ ਜੋ ਤੁਸੀਂ ਕਹਿ ਰਹੇ ਹੋ ਸਹੀ ਕਹਿ ਰਹੇ, ਮਗਰ ਕਹਿੰਦੇ ਸਾਡੇ ਹੱਥ ਬੰਨੇ, ਸਾਡੀ ਮਜਬੂਰੀ ਆ। ਚਲੋ ਉਹਨਾਂ ਨੇ ਜੇ ਨਹੀਂ ਕਰਨਾ, ਅੱਜ ਅਸੀਂ ਇੱਥੇ ਫਿਰ ਧਰਨਾ ਲਾਉਣ ਲੱਗੇ ਹਾਂ ਬਾਹਰ, ਅਤੇ ਪਿੱਛੇ ਬੈਠਾਂਗੇ ਜਦ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ। ਇਨਸਾਫ਼ ਦੀ ਲੜਾਈ ਲੜਾਂਗੇ, ਲੋਕਤੰਤਰ ਭਾਲ ਰਵੇ ਉਹਦੀ ਲੜਾਈ। ਅਤੇ ਸਾਧਪੁਰ ਪਿੰਡ 'ਚ ਧਰਮ ਸਿੰਘ ਸਰਪੰਚ ਕੋਲ ਗਏ, ਉਹਨਾਂ ਦੇ ਲਾਗੇ ਪਰਿਵਾਰ 'ਚ ਹੀ ਉਹਨਾਂ ਦਾ ਹਰਧਾਂਗ ਅਟੈਕ ਹੋ ਗਿਆ ਸੀ, ਅਤੇ ਉਹਦਾ ਪਤਾ ਲੈਣ ਗਏ। ਉਹਦਾ ਪਤਾ ਲੈ ਕੇ ਜਿਵੇਂ ਹੀ ਨਿਕਲੇ, ਇਹ ਰਵੀ ਸਾਹਿਬ ਉਹਨਾਂ ਦੀ ਗੱਡੀ ਚੱਲੀ, ਅਸੀਂ ਮਗਰ ਖਲੋਤੇ ਹਾਂ, ਉਹਦੇ 'ਚੋਂ ਪਹਿਲਾਂ ਮੁੰਡੇ ਨੂੰ ਕੱਢਿਆ, ਫਿਰ ਮੈਂ ਮਗਰ ਖਲੋਤਾ, ਮੈਨੂੰ ਪੈ ਗਈ ਮੇਰੀ ਪੱਗ ਲਾ ਕੇ ਉਹਨਾਂ ਮਾਰੀ ਥੱਲੇ, ਵਾਲਾਂ ਤੋਂ ਫੜ ਕੇ ਮੈਨੂੰ ਧੋਇਆ ਜੀ। ਬੜੇ ਜ਼ੋਰ ਨਾਲ ਮੈਂ ਛੁੱਟ ਕੇ ਭੱਜ ਗਏ ਸਰਪੰਚ ਜੀ ਦੇ ਘਰ ਜਾ ਕੇ। ਉਹ ਜਗਾਵੇ ਤੱਕ ਜਸਪ੍ਰੀਤ ਨੇ, ਇੱਕ ਮੋਹਨ ਸਿੰਘ ਨਿਬਰਵਿੰਡ ਤੋਂ ਸੀ ਜੀ, ਅਤੇ ਉਹਦੇ ਹੀ 30 ਜਾਣੇ ਜਿਹੜੇ ਡੰਡੇ ਫੜੇ ਸੀ, ਪੂਰਾ ਲੈ ਸੀ ਵੀ ਇਹਨਾਂ ਨੂੰ ਸਾਰਿਆਂ ਨੇ ਧਮਕੀ ਇਹੀ ਦਿੰਦੇ ਵੀ ਤੁਸੀਂ ਇੱਥੇ ਵੋਟਾਂ ਕਹਿਣ ਆਏ ਕਿ ਹਾਂਜੀ ਇਹੀ ਹੈ ਜੀ, ਦਸਤਾਰ ਲਾ ਕੇ ਕੇਸਾਂ ਤੋਂ ਫੜ ਕੇ ਉਹਨਾਂ ਧੋਇਆ ਜੀ।